ਕੇਜਰੀਵਾਲ ਕੁੱਤਾ ਹਾਏ ਹਾਏ ਕੇਜਰੀਵਾਲ ਕੁੱਤਾ ਹਾਏ ਹਾਏ ਕੇਜਰੀਵਾਲ ਕੁੱਤਾ ਹਾਏ ਹਾਏ ਵਿੱਚ ਕਿਤੇ ਨੂੰ ਅਸੀਂ ਜਿਹੜਾ ਇਹ ਪ੍ਰਦਰਸ਼ਨ ਕਰ ਰਹੇ ਹਾਂ ਇਹ ਅਸੀਂ ਕੇਜਰੀਵਾਲ ਦੇ ਖਿਲਾਫ ਕਰ ਰਹੇ ਹਾਂ ਕਿਉਂਕਿ ਕੇਜਰੀਵਾਲ ਨੇ ਪੰਜਾਬ ਦੇ ਉਲਟ ਸੁਪਰੀਮ ਕੋਰਟ ਦੇ ਵਿੱਚ ਹਰਿਆਣੇ ਦੇ ਹੱਕ ਦੇ ਵਿੱਚ ਐਫੀਡੇਵਿਟ ਦਾਇਰ ਕੀਤਾ ਸੀਗਾ ਵੀ ਪਾਣੀ ਹਰਿਆਣੇ ਨੂੰ ਮਿਲਣਾ ਚਾਹੀਦਾ। ਇੱਥੋਂ ਇਹਦੀ ਇਹ ਸਥਿਤੀ ਕਲੀਅਰ ਹੁੰਦੀ ਹੈ ਵੀ ਇਹ ਪੰਜਾਬ ਵਿਰੋਧੀ ਅਤੇ ਪੰਜਾਬ ਦੇ ਕਿਸਾਨਾਂ ਦੇ ਵਿਰੋਧੀ ਹੈ ਇਹ, ਜਦਕਿ ਪੰਜਾਬ ਨੂੰ ਪਾਣੀਆਂ ਦੀ ਬਹੁਤ ਲੋੜ ਹੈ। ਪਾਣੀ ਇੱਥੇ ਪੰਜਾਬ ਪਾਣੀ ਬਹੁਤ ਪੱਧਰ ਨੀਚੇ ਚਲਾ ਗਿਆ, ਇੱਥੇ ਸਾਡੇ ਕਿਸਾਨੀ ਹਲਕਾ ਕਿਸਾਨੀ ਸੂਬਾ ਇਹ, ਪਾਣੀਆਂ ਦੀ ਲੋੜ ਹੈ ਅਤੇ ਇਹ ਜਿੱਥੇ ਜਾਂਦਾ ਇਹ ਉੱਥੇ ਦਾ ਹੋ ਕੇ ਉਹੀ ਨੀਤੀ ਅਪਣਾਉਂਦਾ, ਜਿੱਥੇ ਗੰਗਾ ਗਏ ਗੰਗਾ ਰਾਮ, ਜਮਣਾ ਗਏ ਜਮਣਾ ਰਾਮ। ਪੰਜਾਬ 'ਚ ਆ ਗਿਆ ਤਾਂ ਪੰਜਾਬਾਂ ਦੀ ਪੰਜਾਬੀਆਂ ਦੀ ਬੋਲੀ ਬੋਲਣ ਲੱਗ ਜਾਂਦਾ, ਹਰਿਆਣੇ 'ਚ ਗਿਆ ਹਰਿਆਣੇ ਦੀ ਬੋਲੀ ਬੋਲਣ ਲੱਗ ਜਾਂਦਾ। ਅਸੀਂ ਇਹ ਤੋਂ ਇਹ ਗੱਲ ਕਲੀਅਰ ਕਰਨਾ ਚਾਹੁੰਦੇ ਹਾਂ ਵੀ ਇਹ ਹੈ ਕਿਹਦੇ ਨਾਲ ਹੈ। ਰਾਸ਼ਟਰੀ ਪ੍ਰਧਾਨ ਸ਼ਿਵ ਸੈਨਾ ਸ਼ੇਰੇ ਹਨ, ਅੱਜ ਅਸੀਂ ਇੱਥੇ ਕੇਜਰੀਵਾਲ ਦੇ ਆਉਣ 'ਤੇ ਅਸੀਂ ਆਪਣੀ ਸ਼ਿਵ ਸੈਨਾ ਸ਼ੇਰੇ ਹਨ ਔਰ ਸਾਰੇ ਪੰਜਾਬ ਦੇ ਹਿੰਦੂ ਗਰੁੱਪ ਇਕੱਠੇ ਹੋ ਕੇ ਅਸੀਂ ਇੱਕ ਪ੍ਰੋਟੈਸਟ ਕਰ ਰਹੇ ਹਾਂ। ਕੇਜਰੀਵਾਲ ਨੂੰ ਇਹ ਦੱਸਣਾ ਚਾਹੁੰਦੇ ਹਾਂ ਵੀ ਤੈਤੋਂ ਦਿੱਲੀ ਦੇ ਵਿੱਚ ਕੋਈ ਵੀ ਕਿਸੇ ਦਾ ਭਲਾ ਨਹੀਂ ਹੋਇਆ, ਲੋਕ ਤਰਾਸ ਰਹੇ ਨੇ, ਨਾ ਕਿਸੇ ਨੂੰ ਬਿਜਲੀ, ਨਾ ਕਿਸੇ ਨੂੰ ਪਾਣੀ ਦਾ ਤੁਸੀਂ ਕੋਈ ਪ੍ਰਬੰਧ ਕੀਤਾ। SYL ਦੇ ਮੁੱਦੇ 'ਤੇ ਤੁਸੀਂ ਸੁਪਰੀਮ ਕੋਰਟ ਦੇ ਵਿੱਚ ਉੱਥੇ ਤੁਸੀਂ ਹਲਫਨਾਮਾ ਦਾਇਰ ਕੀਤਾ, ਜਿੱਥੇ ਕਿ ਪੰਜਾਬ ਦਾ ਬਹੁਤ ਵੱਡਾ